Police has resolved the SDO Randir Singh murder case on the basis of CCTV footage and family statements. Victim's nephew is turned out to be the murderer as he wanted to overpower the joint business of Western Union money transfer. Accused Harmanjeet Singh has committed the murder with the help of his driver by shooting down his uncle Randir Singh on March 5th. SSP Batala Upinderjeet Singh has told the media that they have inspected the CCTV footage to arrest the accused. Police has also recovered the pistol and bike used for the murder. ਸ਼ਾਸਤਰੀ ਮਾਰਕੀਟ ਦੇ ਵਿੱਚ ਇੱਕ ਰਣਦੀਪ ਸਿੰਘ ਨਾਮ ਦਾ ਜਿਹੜਾ ਐਕਸ ਐਂਪਲਾਈ ਸੀ ਮਿਊਨਿਸਪਲ ਕਮੇਟੀ ਦਾ ਐਸਟੀਓ ਸੀ ਉਹਦੇ ਚ ਉਹਦਾ ਦੁਪਹਿਰੇ ਕਰੀਬ ਪੌਣੇ 4 ਵਜੇ ਮਰਡਰ ਹੋ ਗਿਆ ਸੀ ਜਿਹੜਾ ਗੋਲੀ ਚਲਾ ਕੇ ਕੀਤਾ ਗਿਆ ਸੀ ਉਹਦੇ ਵਿੱਚ ਬਟਾਲਾ ਪੁਲਿਸ ਦੇ ਅਫਸਰਾਂ ਵੱਲੋਂ ਕਾਫੀ ਮਿਹਨਤ ਕੀਤੀ ਗਈ ਜਿਹੜਾ ਟ੍ਰੇਸ ਕੀਤਾ ਗਿਆ ਉਹਦੇ ਵਿੱਚ ਜਿਹੜਾ ਵਰਤਿਆ ਗਿਆ ਪਿਸਟਲ ਹੈ ਉਹ ਰਿਕਵਰ ਹੋ ਗਿਆ ਜਿਹੜਾ ਮੋਟਰਸਾਈਕਲ ਤੇ ਜਾ ਕੇ ਉਹਨੇ ਵਾਰਦਾਤ ਕੀਤੀ ਸੀ ਉਹ ਰਿਕਵਰ ਕਰ ਲਿਆ ਜਿਹੜਾ ਜਿੱਥੇ ਉਹਨੇ ਮੋਟਰਸਾਈਕਲ ਆਪਣੇ ਨੂੰ ਜਿਹੜਾ ਨੀਲੇ ਰੰਗ ਦਾ ਸੀ ਉਹਨੂੰ ਮਰਡਰ ਕਰਨ ਲਈ ਉਹਨੂੰ ਰੰਗ ਚੇਂਜ ਕੀਤਾ ਸੀ ਉੱਤੇ ਇੱਕ ਟੇਪ ਲਾਈ ਸੀ ਕਾਲੇ ਰੰਗ ਦੀ ਉਹ ਵੀ ਬਰਾਮਦ ਕਰ ਲਈ ਹੈ ਇਹਦੇ ਵਿੱਚ ਦੋ ਮੁਲਜ਼ਮ ਅਰੈਸਟ ਕੀਤੇ ਗਏ ਨੇ ਹਰਮਨ ਸਿੰਘ ਜਿਹੜਾ ਹਰਮਨਦੀਪ ਸਿੰਘ ਜਿਹੜਾ ਮੁੰਡਾ ਇਹਦਾ ਮਰਨ ਵਾਲੇ ਦਾ ਸਕਾ ਭਤੀਜਾ ਇੱਕ ਉਹਦਾ ਡਰਾਈਵਰ ਸੁਖਜੀਤ ਸਿੰਘ ਜਿਹੜਾ ਮਰਡਰ ਹੈ ਇੱਕ ਇਕੱਠਾ ਚਾਚਾ ਭਤੀਜਾ ਇਕੱਠੇ ਬਿਜ਼ਨਸ ਕਰਦੇ ਸੀ ਉਹਦੇ ਵਿੱਚ ਜਿਹੜੀ ਇਹਨਾਂ ਕੰਪਨੀ ਬਣਾਈ ਸੀ ਉਹਦੇ ਵਿੱਚੋਂ ਕੁਛ ਫੰਡੇ ਆਪਣੇ ਡਿਵਰਟ ਕਰ ਲਏ ਨੇ ਆਪਣੇ ਪਰਸਨਲ ਯੂਜ਼ ਲਈ ਉਹ ਉਹਨਾਂ ਫੰਡ ਦੀ ਮੰਗ ਕਰਦਾ ਸੀ ਉਹ ਗੱਲੋਂ ਇਹਨਾਂ ਦਾ ਥੋੜ੍ਹਾ ਬਹੁਤਾ ਆਪਸੀ ਖਿੱਚੋਤਾਣ ਹੋਈ ਹੈ ਜਿਸ ਤੋਂ ਬਾਅਦ ਉਹਨੇ ਆਣ ਕੇ ਪੈਸੇ ਲਈ ਮਰਡਰ ਕਰ ਦਿੱਤਾ ਇਹਦੇ 315 ਬੋਰ ਦਾ ਦੇਸੀ ਪਿਸਟਲ ਸੀ ਜਿਹਦੇ ਨਾਲ ਫਾਇਰ ਕੀਤਾ ਗਿਆ ਔਰ ਇੱਕ ਹੀ ਫਾਇਰ ਕੀਤਾ ਰਿਪੋਰਟ ਬਾਈ ਰਿਸ਼ਪਾਲ ਸਿੰਘ ਫਰੋਮ ਗੁਰਦਾਸਪੁਰ ਫਰ ਬ੍ਰਾਈਟ ਪੰਜਾਬ ਐਕਸਪ੍ਰੈਸ